ਮੈਥੋਂ ਮੁਜਰਮ ਰਹਿੰਦੇ ਨੇ ਦੂਰ ਦੂਰ ਤੇ ਮੇਰਾ ਨਾਂ ਹੈਗਾ ਸੱਚੋ ਭਰਪੂਰ। ਮੇਰੀ ਸੁਣ ਲਓ ਗੱਲ ਕੰਨ ਖੋਲ ਕੇ। ਭਰਪੂਰ ਸਿੰਘ ਦੇ ਇਲਾਕੇ ਦੇ ਵਿੱਚ ਮੌਜੂਦਾ SHO ਹੁੰਦਿਆਂ ਤੇ ਹੋ ਜੇ ਉਹਦੇ ਇਲਾਕੇ ਦੇ ਵਿੱਚ ਚੋਰੀ ਤੇ ਤੁਸੀਂ ਸਾਲਿਓ ਖੇਡਦੇ ਹੋ ਮੰਗ ਪੱਤਾ ਹੈ। ਦੱਸ ਦੋ ਸਿੱਧੀ ਤਰ੍ਹਾਂ ਦੱਸ ਦੋ ਇਹ ਚੋਰੀ ਕਰੀ ਕਿਹਨੇ ਹੈ? ਓਏ ਸਾਲਿਓ ਉਹ ਤੁਸੀਂ ਤਾਂ ਮੰਗੋਗੇ ਮੈਥੋਂ ਮਾਫੀਆਂ, ਪੁੱਛੋ ਕਿਉਂ? ਉਹ ਨਾ 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 ਮੈਥੋਂ ਬਚੋ ਨਾ, ਮੈਥੋਂ ਡਰੋ, ਜਿੰਨਾ ਡਰ ਸਕਦੇ ਹੋ ਡਰੋ, ਕਿਉਂਕਿ ਬਹੁਤ ਤੱਤਾ ਸਵਾਹ ਚੱਕੀ ਫਿਰਦਾ ਮੈਂ। HITOI ਹੌਟ ਸਵਾਹ ਚੱਕੀ ਫਿਰਦਾ ਮੈਂ ਸਾਲੇ, ਤੁਹਾਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ। ਹਾਂ ਉਹ ਹੁਣ ਇਹ ਦੱਸ ਤੂੰ 5:48 ਤੇ ਕਿੱਥੇ ਸੀ? ਭੂਆ ਦੇ ਪਿੰਡ। ਮੇਰਾ ਸਾਲਾ ਭੂਆ ਦੇ ਪਿੰਡ ਕੀ ਆਂਡਿਆਂ ਤੇ ਬੈਠਾ ਸੀ ਜਿਹੜਾ ਸਾਡੇ ਵਾਸਤੇ ਭੁਰਜੀ ਲੈ ਕੇ ਆਇਆ ਹੈ? ਓਏ ਉਹ ਤੂੰ ਸੌਂਹਾਂ ਖਾਈ ਜਾਂਦਾ, ਉਹ ਮੈਥੋਂ ਛਿੱਤਰ ਖਾ ਲੇਗਾ ਤੂੰ। ਦੱਸ ਦੇ ਚੋਰੀ ਕਿਹਨੇ ਕੀਤੀ ਦੱਸ, ਤੈਨੂੰ ਕੀ ਤਕਲੀਫ ਹੋ? ਹੈ ਮੇਰਾ ਸਾਲਿਆ ਪਰਾਲੀ ਦੀ ਪੰਡ ਵਰਗਾ ਤੇਰਾ ਢਿੱਡ ਹੈ, ਹੈ ਤੂੰ ਦੱਸ ਓਏ 5:48 ਤੇ ਕਿੱਥੇ ਸੀ? ਤੂੰ ਵੀ ਭੂਆ ਦੇ ਪਿੰਡ ਤੀ? ਮੇਰੇ ਸਾਲੇ ਜਗਰਾਤੇ ਤੇ ਗਈ ਤੀ? ਅੱਛਾ ਐ ਦੱਸ ਓਏ ਤੂੰ ਭੂਆ ਦੇ ਪਿੰਡ ਸੀ ਤੇ ਤੂੰ ਵੀ ਭੂਆ ਦੇ ਪਿੰਡ ਸੀ, ਤੁਹਾਡੇ ਦੋਨਾਂ ਦੀ ਸਗੀ ਭੂਆ, ਯਾਨੀ ਕਿ ਆਂਟ ਆਂਟੀ ਐਂਟਸ ਤੁਹਾਡੀ ਸਗੀ ਭੂਆ? ਨਹੀਂ ਨਾ, ਮੇਰੇ ਸਾਲੇ ਪਰ ਝੂਠ ਬੋਲਦੇ ਹੋ, ਮੱਖਣਾ ਹੋਏ ਪਰਚਾ ਘੱਟ ਵੀ ਇਹਨਾਂ ਦਾ, ਇਹਨਾਂ ਦੋਨਾਂ ਦੇ ਜੁਰਮ ਹੋ ਗਿਆ ਸਾਬਤ। ਠੀਕ ਹੈ ਨਾ, ਆਪਾਂ ਤਾਂ ਐ ਕੇਸ ਹੱਲ ਕਰ ਦਈਦਾ ਜੀ ਐ। ਹਾਂ ਤੇ ਗੱਲ ਸੁਣ ਲਓ ਮੇਰੀ, ਮੈਂ ਜਾਂਦਾ ਬਾਹਰ, ਉਹ ਥਾਣੇ ਵਾਲੇ ਉਹ ਗੱਲ ਸੁਣ ਲਓ ਮੱਖਣਾ, ਇਹਨਾਂ ਦੇ ਮੈਨੂੰ ਘੱਟੋ ਘੱਟ ਦੋ ਦੋ ਕੇਸਾਂ ਦੀ ਐਵਰੇਜ ਚਾਹੀਦੀ ਹੈ, ਚਾਹੇ ਭੁੱਕੀ ਦਾ ਪਾਓ, ਚਾਹੇ ਫੀਮ ਦਾ ਪਾਓ, ਚਾਹੇ ਗੁਰਦੁਆਰੇ ਚੋਂ ਚੱਪਲਾਂ ਚੱਕਣ ਦਾ ਪਾਓ, ਮੈਨੂੰ ਨਹੀਂ ਪਤਾ। ਠੀਕ ਹੈ ਨਾ, ਮੇਰੇ ਸਾਲੋ ਤੁਹਾਨੂੰ ਇੰਨਾ ਕੁੱਤੂ ਜਿਵੇਂ ਗੁਰਦੁਆਰੇ 'ਚ ਭਾਣ ਚੜ੍ਹਦੀ ਹੁੰਦੀ ਹੈ, ਕਿਉਂਕਿ ਮੁਜਰਮ ਰਹਿੰਦੇ ਨੇ ਮੈਥੋਂ ਦੂਰ ਦੂਰ ਤੇ ਮੇਰਾ ਨਾਂ ਹੈਗਾ SHO ਭਰਪੂਰ।